ਸਤਿ ਸ਼੍ਰੀ ਅਕਾਲ ਜੀ। ਗੱਲ ਕਰਾਂਗੇ ਯੂਕੇ ਸਪਾਊਸ ਵੀਜ਼ਾ। ਸਪਾਊਸ ਵੀਜ਼ਾ ਇੱਕ ਉਹ ਵੀਜ਼ਾ ਜਿਹੜਾ ਇੱਕ ਨੋਰਮਲ ਟਰਮੀਨੋਲੋਜੀ 'ਚ ਪੰਜਾਬ 'ਚ ਆਪਾਂ ਯੂਜ਼ ਕਰਦੇ ਹਾਂ, ਬਟ ਬੇਸਿਕਲੀ ਇਹਦਾ ਕੀ ਹੈਗਾ ਕਿ ਇੱਕ ਸਟੂਡੈਂਟ ਨਾਲ ਉਹਦਾ ਹਸਬੈਂਡ ਜਾਂ ਵਾਈਫ, ਸਟੂਡੈਂਟ ਤੋਂ ਅਲੈਦਾ ਜਿਹੜਾ ਉਹਦਾ ਪਾਰਟਨਰ ਹੈ ਉਹ ਨਾਲ ਡਿਪੈਂਡੈਂਟ ਵੀਜ਼ੇ ਦੇ ਨਾਲ ਜਾਂਦਾ, ਉਹਨੂੰ ਸਪਾਊਸ ਵੀਜ਼ਾ ਅਸੀਂ ਦੇਸੀ ਤਰੀਕੇ ਦੇ ਨਾਲ ਕਹਿ ਲੈਂਦੇ ਹਾਂ। ਸੋ ਸਪਾਊਸ ਵੀਜ਼ੇ ਦੇ ਵਿੱਚ ਯੂਕੇ ਦੀ ਬਹੁਤ ਜ਼ਿਆਦਾ ਕੁਐਰੀ ਔਰ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਕਨਫਿਊਜ਼ਨ ਹੈ ਕਿ ਕਿਸ ਤਰੀਕੇ ਨਾਲ ਲੱਗਦਾ, ਕਿ ਪਲੱਸ ਟੂ ਪਾਸ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ, ਕਿ ਬੈਚਲਰਸ ਵਾਲਾ ਮਾਸਟਰਸ ਵਾਲਾ ਸਪਾਊਸ ਨੂੰ ਨਾਲ ਲੈ ਕੇ ਜਾ ਸਕਦਾ। ਸੋ ਥੋੜ੍ਹੀ ਜਿਹੀ ਕਲੈਰਿਟੀ ਇਹਦੇ 'ਤੇ ਦੇਵਾਂਗੇ। ਜੇ ਤੁਸੀਂ ਯੂਕੇ ਸਪਾਊਸ ਵੀਜ਼ਾ 'ਤੇ ਜਾਣਾ ਚਾਹੁੰਦੇ ਹੋ, ਕੋਸ਼ਿਸ਼ ਕਰੋ ਕਿ ਤੁਸੀਂ ਮਾਸਟਰਸ ਡਿਗਰੀ ਕਰਨ ਜਾਓ। ਮਾਸਟਰਸ ਡਿਗਰੀ ਕਰਨ ਲਈ ਜਦੋਂ ਤੁਸੀਂ ਜਾਂਦੇ ਹੋ, ਸਪਾਊਸ ਨੂੰ ਨਾਲ ਵਰਕ ਪਰਮਿਟ ਮਿਲਦਾ। ਵਰਕ ਪਰਮਿਟ ਦੇ ਨਾਲ ਤੁਹਾਡਾ ਸਪਾਊਸ, ਹਸਬੈਂਡ ਜਾਂ ਵਾਈਫ ਜਾਂਦੇ ਨੇ। ਔਨ ਦੀ ਅਦਰ ਹੈਂਡ, ਜੇ ਤੁਸੀਂ ਪਲੱਸ ਟੂ ਕਰਨ ਤੋਂ ਬਾਅਦ, ਬਾਰ੍ਹਵੀਂ ਕਰਨ ਤੋਂ ਬਾਅਦ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾਂਦੇ ਹੋ, ਪਹਿਲੀ ਗੱਲ ਬਹੁਤ ਜ਼ਿਆਦਾ ਕਾਲਜਸ ਯੂਨੀਵਰਸਿਟੀਜ਼ ਐਡਮਿਸ਼ਨ ਨਹੀਂ ਦਿੰਦੀਆਂ। ਅੰਬੈਸੀ ਵੱਲੋਂ ਵੀ ਜਦੋਂ ਉਹਦਾ ਵੀਜ਼ਾ ਮਿਲਦਾ ਤਾਂ ਉਹ ਵਰਕ ਪਰਮਿਟ ਦੀ ਜਗ੍ਹਾ ਵਿਜ਼ਿਟਰ ਵੀਜ਼ਾ ਮਿਲਦਾ। ਕਿਸੇ ਵੀ ਪਲੱਸ ਟੂ ਪਾਸ ਬੱਚੇ ਨੇ ਆਪਣੇ ਨਾਲ ਹਸਬੈਂਡ ਵਾਈਫ ਨੂੰ ਲੈ ਕੇ ਜਾਣਾ, ਇਹ ਯਾਦ ਰੱਖਿਓ ਗੱਲ। ਤੁਹਾਡੇ ਸਪਾਊਸ ਦਾ ਵੀਜ਼ਾ ਨਾਲ ਅਪਲਾਈ ਹੋ ਜੇ, ਤੁਹਾਡੇ ਸਪਾਊਸ ਦਾ ਵੀਜ਼ਾ ਬਾਅਦ ਦੇ ਵਿੱਚ ਅਪਲਾਈ ਹੋ ਜੇ, ਉਹ ਵੀਜ਼ਾ ਵਿਜ਼ਿਟਰ ਵੀਜ਼ਾ ਮਿਲਣਾ। ਔਰ ਵਿਜ਼ਿਟਰ ਵੀਜ਼ਾ ਦੀਆਂ ਕੰਡੀਸ਼ਨਸ ਜੋ ਅੱਜ ਨੇ ਉਹੀ ਬਾਅਦ ਦੇ ਵਿੱਚ ਵੀ ਉਹੀ ਲੱਗਣੀਆਂ। ਜੇ ਤੁਸੀਂ ਕਹੋ ਕਿ ਜੀ ਮੈਂ ਉੱਥੇ ਚੱਲ ਗਈ ਹਾਂ ਤਾਂ ਮੇਰਾ ਸਪਾਊਸ ਨੂੰ ਬੜਾ ਸੌਖਾ ਵਿਜ਼ਿਟਰ ਵੀਜ਼ਾ ਮਿਲ ਜੂਗਾ, ਇਸ ਗਲਤ ਫਹਿਮੀ ਦੇ ਵਿੱਚ ਬਿਲਕੁਲ ਨਾ ਰਹੋ। ਵਿਜ਼ਿਟਰ ਵੀਜ਼ੇ ਦੀਆਂ ਸ਼ਰਤਾਂ ਜਿਹੜੀਆਂ ਹੈਗੀਆਂ, ਚਾਹੇ ਉਹ ਫੰਡ ਹੈ ਚਾਹੇ ਇਨਕਮ ਹੈ, ਜੇ ਅੱਜ ਉਹ ਵਿਜ਼ਿਟਰ ਲੈ ਸਕਦਾ ਤਾਂ ਉਹ ਕੱਲ੍ਹ ਨੂੰ ਤੁਹਾਡੇ ਜਾਣ ਤੋਂ ਬਾਅਦ ਵਿਜ਼ਿਟਰ ਲੈ ਸਕਦਾ। ਜੇ ਅੱਜ ਉਹਦੇ ਕੋਲ ਵਿਜ਼ਿਟਰ ਲੈਣ ਲਈ ਕਾਗਜ਼ ਨਹੀਂ ਹੈਗੇ, ਇਨਕਮ ਨਹੀਂ ਹੈਗੀ, ਫੰਡ ਨਹੀਂ ਹੈਗੇ, ਤਾਂ ਉਹ ਵਿਜ਼ਿਟਰ ਵੀਜ਼ਾ ਕੱਲ੍ਹ ਵੀ ਨਹੀਂ ਜੇ ਮਿਲਣਾ। ਬਹੁਤ ਸਾਰੇ ਲੋਕ ਇਸ ਭੁਲੇਖੇ ਦੇ ਵਿੱਚ ਜਾਂ ਲੋਕਾਂ ਦੀਆਂ ਗੱਲਾਂ 'ਚ ਆ ਕੇ ਵੀਜ਼ਾ ਅਪਲਾਈ ਕਰ ਦਿੰਦੇ ਆ ਕਿ ਬਾਰ੍ਹਵੀਂ ਵਾਲੇ ਨਾਲ ਸਪਾਊਸ ਚੱਲੂਗਾ, ਉਹਨੂੰ ਵਰਕ ਪਰਮਿਟ ਮਿਲ ਜੂਗਾ। ਦੂਜੀ ਸਿਚੁਏਸ਼ਨ ਇਹ ਆ ਜਾਂਦੀ ਹੈ ਕਿ ਕੋਈ ਗੱਲ ਨਹੀਂ ਜੀ, ਬਾਰ੍ਹਵੀਂ ਵਾਲਾ ਵੀ ਕਹਿੰਦਾ ਮੈਂ ਸਪਾਊਸ ਨੂੰ ਨਾਲ ਲੈ ਜਾਂਦਾ, ਬਟ ਉੱਥੇ ਜਾ ਕੇ ਉਹਨੂੰ ਇਲੀਗਲ ਹੋ ਜਾਵਾਂਗੇ, ਇੱਦਾਂ ਕਰ ਦਾਂਗੇ, ਉੱਦਾਂ ਕਰ ਦਾਂਗੇ, ਕੱਲ੍ਹ ਨੂੰ ਇਸ ਚੀਜ਼ ਦਾ ਕੋਈ ਬੈਨੀਫਿਟ ਨਹੀਂ ਜੇ ਮਿਲਣਾ। ਮੈਨੂੰ ਇੱਕ ਰੀਸੈਂਟਲੀ ਕਾਲ ਆਇਆ, ਬੰਦਾ ਕਹਿੰਦਾ ਕਿ ਭਾਅ ਜੀ ਉੱਥੇ ਜਾ ਕੇ ਮੇਰੀ ਵਾਈਫ ਪ੍ਰੈਗਨੈਂਟ ਹੈਗੀ ਆ, ਉੱਥੇ ਜਾ ਕੇ ਬੱਚਾ ਹੋ ਜਾਏਗਾ, ਬੱਚਾ ਆਪਣੇ ਆਪ ਹੀ ਬ੍ਰਿਟਿਸ਼ ਸਿਟੀਜ਼ਨ ਹੋ ਜਾਣਾ ਤਾਂ ਅਸੀਂ ਪੱਕੇ ਹੋ ਜਾਵਾਂਗੇ। ਪੂਰੇ ਵਰਲਡ ਦੇ ਵਿੱਚ ਸਿਰਫ ਦੋ ਕੰਟਰੀਆਂ ਚੱਜ ਦੀਆਂ ਜਿਹਦੇ ਵਿੱਚ ਬਰਥ ਰਾਈਟ ਸਿਟੀਜ਼ਨਸ਼ਿਪ ਹੈਗਾ, ਦੈਟ ਇਜ਼ USA ਐਂਡ ਕੈਨੇਡਾ। ਤੁਸੀਂ UK ਚਲ ਜਾਂਦੇ ਹੋ, ਆਸਟ੍ਰੇਲੀਆ ਚਲ ਜਾਂਦੇ ਹੋ, ਨਿਊਜ਼ੀਲੈਂਡ ਚਲ ਜਾਂਦੇ ਹੋ, ਜਿਹੜਾ ਤੁਹਾਡਾ ਉੱਥੇ ਬੇਬੀ ਡਿਲੀਵਰੀ ਤੋਂ ਬਾਅਦ ਬੇਬੀ ਹੁੰਦਾ ਉਹਨੂੰ ਪਾਸਪੋਰਟ ਉਹ ਵਾਲਾ ਮਿਲਣਾ ਜਿਹੜਾ ਤੁਹਾਡਾ ਪਾਸਪੋਰਟ ਹੈ। ਜੇ ਤੁਹਾਡੇ ਕੋਲ ਹਸਬੈਂਡ ਵਾਈਫ ਦੇ ਕੋਲ ਇੰਡੀਅਨ ਪਾਸਪੋਰਟ ਹੈ, ਉਹ ਬੇਬੀ ਨੂੰ ਕੋਈ ਸਿਟੀਜ਼ਨਸ਼ਿਪ ਦੇ ਰਾਈਟਸ ਨਹੀਂ ਹੈਗੇ, ਉਹਨੂੰ ਵੀ ਉਹੀ ਪਾਸਪੋਰਟ ਮਿਲਣਾ ਜਿਸ ਪਾਸਪੋਰਟ 'ਤੇ ਤੁਸੀਂ ਟਰੈਵਲ ਕੀਤਾ। ਜੇ ਦੋਵਾਂ 'ਚੋਂ ਇੱਕ ਕੋਲ ਬ੍ਰਿਟਿਸ਼ ਪਾਸਪੋਰਟ ਹੈ ਫਿਰ ਬੱਚੇ ਨੂੰ ਸਿਟੀਜ਼ਨਸ਼ਿਪ ਮਿਲਦੀ ਹੈ, ਨਹੀਂ ਤਾਂ ਨਹੀਂ ਮਿਲਦੀ। ਸੋ ਇਸ ਭੁਲੇਖੇ ਨਾ ਰਹੋ ਕਿ ਮੈਂ ਉੱਥੇ ਚੱਲ ਜੂੰਗਾ ਅਤੇ ਮੇਰੇ ਨਿਆਣੇ ਦੇ ਸਿਰ ਦੇ ਉੱਤੇ ਵੀ ਮੇਰੀ ਕੋਈ PR ਹੋ ਜੂਗੀ ਜਾਂ ਮੈਂ ਉੱਥੇ ਬ੍ਰਿਟਿਸ਼ ਸਿਟੀਜ਼ਨ ਬਣ ਜੂੰਗਾ। ਸੋ ਇਹਨਾਂ ਚੀਜ਼ਾਂ ਦਾ ਬਹੁਤ ਜ਼ਰੂਰੀ ਖਿਆਲ ਰੱਖਣ ਦੀ ਲੋੜ ਹੈ, ਕਿਉਂਕਿ ਜਦੋਂ ਤੁਸੀਂ ਦੋਵੇਂ ਜਿਹੜੇ ਜਾਂਦੇ ਹੋ, ਬੜਾ ਸੌਖਾ ਇੱਥੋਂ ਦੀ ਕਹਿਣਾ ਕਿ ਭਾਈ ਉੱਥੇ ਜਾ ਕੇ ਫੀਸਾਂ ਤਾਰ ਲਾਂਗੇ, ਕੰਮ ਕਰਕੇ ਪੈਸੇ ਦੇ ਦਾਂਗੇ, ਕੰਮ ਕਰਕੇ ਪੈਸੇ ਵਾਪਸ ਵੀ ਇੰਡੀਆ ਭੇਜ ਦਾਂਗੇ। ਜਦੋਂ ਉੱਥੇ ਜਾ ਕੇ 10-12 ਹਜ਼ਾਰ ਪਾਊਂਡ ਫੀਸ ਦੇਣੀ ਪੈਂਦੀ ਹੈ ਨਾ ਸਾਲ ਦੀ, ਤਾਂ ਉਦੋਂ ਅਕਲ ਟਿਕਾਣੇ ਆ ਜਾਂਦੀ, ਉਨੇ ਪੈਸੇ ਕਮਾਏ ਨਹੀਂ ਜਾਂਦੇ। ਸੋ ਇੰਡੀਆ ਵਾਲਾ ਕਰਜ਼ਾ ਤਾਂ ਲਾਉਣਾ ਦੂਰ ਦੀ ਗੱਲ ਹੈ, ਉੱਥੇ ਹੋਰ ਕਰਜ਼ਾ ਚੁੱਕ ਕੇ ਪੈਸੇ ਮੰਗਾਉਣੇ ਪੈਂਦੇ ਆ। ਕੱਲ੍ਹ ਨੂੰ ਇਲੀਗਲ ਹੋ ਕੇ ਕੋਈ ਪਰਮਾਨੈਂਟ ਰੈਜੀਡੈਂਟ ਹੋ ਜਾਵਾਂਗੇ ਜੀ, ਇੰਨੇ ਸਾਲ ਰਹੀ ਜਾਵਾਂਗੇ, ਬਹੁਤ ਜ਼ਿਆਦਾ ਖੱਜਲ ਖਰਾਬੀ ਹੈ, ਬਹੁਤ ਧੱਕੇ ਨੇ। ਸੋ ਸਪਾਊਸ ਵੀਜ਼ਾ 'ਤੇ ਤੁਸੀਂ ਤਾਂ ਹੀ ਜਾਇਓ ਜੇ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਬੈਚਲਰਸ ਤੋਂ ਬਾਅਦ, ਔਰ ਤੁਸੀਂ ਆਪਣੇ ਆਪ ਨੂੰ ਉੱਥੇ ਸਸਟੇਨ ਕਰ ਸਕਦੇ ਹੋ, ਕਿਉਂਕਿ ਫਿਰ ਤੁਹਾਡੇ ਹਸਬੈਂਡ ਨੂੰ ਫੁੱਲ ਟਾਈਮ ਵਰਕਿੰਗ ਰਾਈਟਸ ਨੇ, ਉਹ ਕੰਮ ਕਰ ਸਕਦਾ, ਕੰਮ ਕਰਕੇ ਕੁਛ ਨਾ ਕੁਛ ਕਿਸੇ ਤਰੀਕੇ ਦੀ ਫੀਸ ਜ਼ਰੂਰ ਤਾਰੀ ਜਾ ਸਕਦੀ ਹੈ, ਚਾਹੇ ਪੂਰੀ 12,000 ਪਾਊਂਡ ਦਾ ਤਾਰੀ ਜਾਏ, ਬਟ ਇਹ ਪੋਸੀਬਿਲਿਟੀ ਹੈਗੀ ਹੈ ਕਿ ਦੁਬਾਰਾ ਤੁਹਾਨੂੰ ਇੰਡੀਆ ਤੋਂ ਪੈਸੇ ਨਾ ਮੰਗਾਉਣੇ ਪੈਣ। ਸੋ ਪਲੱਸ ਟੂ ਵਾਲੇ ਕੋਸ਼ਿਸ਼ ਕਰੋ ਕਿ UK ਦੇ ਵਿੱਚ ਸਪਾਊਸ ਵੀਜ਼ੇ ਵਾਲੇ ਪਾਸੇ ਨਾ ਤੁਰੋ, ਗ੍ਰੈਜੂਏਟ ਵਾਲਾ ਬੱਚਾ ਜਾਏ ਜ਼ਰੂਰ ਨਾਲ ਲੈ ਕੇ ਜਾਏ ਆਪਣੇ ਸਪਾਊਸ ਨੂੰ, ਉਹਦੇ ਨਾਲ ਜਿਹੜਾ ਤੁਹਾਡਾ ਰਸਤਾ ਅੱਗੇ ਜਾ ਕੇ ਸਾਫ਼ ਹੋ ਜਾਂਦਾ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਸਾਡੇ ਨੰਬਰ 'ਤੇ ਕਾਲ ਕਰ ਲਓ, ਪੂਰੀ ਡਿਟੇਲਡ ਇਨਫੋਰਮੇਸ਼ਨ ਲਓ। ਅੱਧੀ ਪਚੱਧੀ ਇਨਫੋਰਮੇਸ਼ਨ ਦੇ ਨਾਲ ਜਦੋਂ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਨਾ, ਉਦੋਂ ਉੱਥੇ ਜਾ ਕੇ ਪਤਾ ਲੱਗਦਾ ਕੀ ਭਾਅ ਵਿਕਦੀ ਆ। ਬਹੁਤ ਲਾਈਫ ਔਖੀ ਹੋ ਜਾਂਦੀ ਹੈ, ਬੜਾ ਔਖਾ ਹੋ ਜਾਂਦਾ ਮੀਆਂ ਬੀਬੀ ਦਾ ਗੁਜ਼ਾਰਾ ਕਰਨਾ, ਔਰ ਫਿਰ ਉਸ ਤੋਂ ਬਾਅਦ ਤੁਸੀਂ ਕਹਿੰਦੇ ਕਿ ਬੱਚਾ ਵੀ ਉੱਥੇ ਪੈਦਾ ਕਰ ਲਾਂਗੇ, ਉਸ ਤੋਂ ਬਾਅਦ ਉਹਦੇ ਵੀ ਖਰਚੇ ਨੇ, ਬੱਚਾ ਸਾਂਭੋਗੇ ਕਿ ਪੜ੍ਹਾਈ ਕਰੋਗੇ ਕਿ ਕੰਮ ਕਰੋਗੇ। ਇਹ ਛੋਟੀਆਂ ਛੋਟੀਆਂ ਚੀਜ਼ਾਂ ਦਾ ਜੇ ਤੁਸੀਂ ਖਿਆਲ ਰੱਖ ਕੇ ਇੱਥੋਂ ਜਾਓਗੇ, ਜੇ ਇਹਦੀ ਇਨਫੋਰਮੇਸ਼ਨ ਇੱਥੋਂ ਮਿਲੂਗੀ ਤਾਂ ਸਫਲਤਾ ਮਿਲਣੀ, ਜੇ ਨਹੀਂ ਤਾਂ ਜੋ ਹਾਲ ਇੱਥੇ ਨੇ ਉੱਥੇ ਉਸ ਤੋਂ ਵੀ ਜ਼ਿਆਦਾ ਮਾੜਾ ਹਾਲ ਹੈ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ।